ਸਤਿ ਸ਼੍ਰੀ ਅਕਾਲ ਦੋਸਤੋ, ਸੱਥ ਦੇ ਉੱਤੇ ਤੁਹਾਡਾ ਸਵਾਗਤ। ਮੈਂ ਤੁਹਾਡਾ ਦੋਸਤ ਗੁਰਜਿੰਦਰ ਸਿੰਘ ਪੰਗੂ। ਇੱਕ ਖਬਰ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਫੈਲੀ। ਉਹ ਖਬਰ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਇੱਕ MLA ਨੂੰ ਉਸਦੇ ਹੀ ਡਰਾਈਵਰ ਵੱਲੋਂ ਕੁੱਟਿਆ ਗਿਆ, ਕਟਾਪਾ ਚਾੜਿਆ ਗਿਆ। ਇਹ ਖਬਰ ਹੈ, ਜਿਹੜੇ ਦੋਸਤਾਂ ਨੇ ਸੁਣੀ ਨੀ ਉਹ ਹੈਰਾਨ ਹੋਣਗੇ। ਇੱਕ ਵਾਰ ਮੈਂ ਫਿਰ ਦੱਸ ਦਿੰਦਾ ਕਿ ਗੱਲ ਕੀ ਹੈ। ਗੱਲ ਹੈਗੀ ਹੈ ਕਿ ਬਠਿੰਡਾ ਦੇ ਇੱਕ MLA ਨੂੰ ਉਸਦੇ ਹੀ ਡਰਾਈਵਰ ਵੱਲੋਂ ਕੁਟਾਪਾ ਚਾੜਿਆ ਗਿਆ। ਜੀ ਹਾਂ, ਬਿਲਕੁਲ ਜਮਾਂ ਸਹੀ ਸੁਣਿਆ ਤੁਸੀਂ। ਕਿਹੜਾ MLA ਹੈ, ਕਿਸ ਗੱਲੋਂ ਕੁਟਾਪਾ ਚਾੜਿਆ ਗਿਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ। ਇਸ ਖ਼ਬਰ ਦਾ ਜਿਹੜਾ ਮੁੱਖ ਸੋਰਸ ਹੈ ਉਹ ਹੈਗਾ ਕਿ ਇੱਕ ਹਿੰਦੀ ਦਾ ਨਿਊਜ਼ ਪੇਪਰ, ਦੂਜਾ ਪੰਜਾਬੀ ਦਾ ਨਿਊਜ਼ ਪੇਪਰ, ਵੈਬ ਮੀਡੀਆ, ਸੋਸ਼ਲ ਮੀਡੀਆ, ਯੂਟਿਊਬ ਦੇ ਉੱਤੇ ਨਿਊਜ਼ ਚੈਨਲ, ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ ਕਿ ਬਠਿੰਡਾ ਤੋਂ ਇੱਕ MLA ਹੈ, ਉਹ MLA ਉਹਦਾ ਡਰਾਈਵਰ ਵੱਲੋਂ ਕੁਟਾਪਾ ਚਾੜਿਆ ਗਿਆ। ਹੁਣ ਦੇਖੋ, ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ, ਇਹਨਾਂ ਤੇ ਸਾੜ ਸਤੀ ਚੱਲਦੀ ਹੈ, ਇਹਨਾਂ ਦੇ ਦਿਨ ਚੰਗੇ ਨਹੀਂ ਹੈਗੇ, ਸੋ ਧਿਆਨ ਰੱਖਣ। ਇਹ ਅਮਿਤ ਰਤਨ ਕੋਟਪੱਤਾ ਸਾਹਿਬ ਉਹ ਆਪਣਾ ਫਸ ਗਏ, ਵਿਜੀਲੈਂਸ ਉਹਨਾਂ ਨੂੰ ਚੱਕ ਕੇ ਲੈ ਗਈ। ਮਾਮਲਾ ਸੀ 4 ਲੱਖ ਰੁਪਏ ਦੀ ਰਿਸ਼ਵਤ ਦਾ। ਵਿਜੇ ਸਿੰਗਲਾ ਪੱਟ ਤੇ ਥਾਪੀਆਂ ਮਾਰਦਾ ਸੀ, ਫਿਰ ਧੋਬੀ ਪਟਕਾ ਵੱਜਿਆ, ਥੱਲੇ ਆ ਗਏ ਜਮਾਂ। ਇੱਕ ਆਪਣਾ ਫੌਜਾ ਸਿੰਘ ਸਰਾਰੀ, ਬੜੇ ਚਿਰ ਤੋਂ ਉਹ ਫਰਾਰੀ ਬਣਿਆ ਹੋਇਆ ਸੀ, ਉਹ ਵੀ ਕਾਬੂ ਦੇ ਵਿੱਚ ਆ ਗਏ। ਇਹ ਸਾਰੇ ਕੇਸ ਸੀ ਜਿਹੜੇ, ਆਹ ਕੇਸ ਸੀ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਹੋਏ ਕੇਸ। ਹੁਣ ਇੱਕ ਮਾਮਲਾ ਹੋਰ ਨਿਕਲ ਕੇ ਸਾਹਮਣੇ ਆਇਆ। ਵੈਸੇ ਸੋਸ਼ਲ ਮੀਡੀਆ ਦੇ ਉੱਤੇ ਇਸ ਮਾਮਲੇ ਨੂੰ ਬੜੇ ਮਜ਼ਾਕੀਆ ਤਰੀਕੇ ਨਾਲ ਲਿਆ ਜਾ ਰਿਹਾ, ਵੈਸੇ ਮਾਮਲਾ ਬੜਾ ਗੰਭੀਰ ਵੀ ਆਹ, ਕਿ ਇੱਕ MLA ਨੂੰ ਇੱਕ ਉਹਦੇ MLA ਦੇ ਡਰਾਈਵਰ ਨੇ ਕੁੱਟਤਾ। ਅਸੀਂ ਤਾਂ ਸੁਣਦੇ ਹੁੰਦੇ ਸੀ ਕਿ MLA ਦੀ ਬੜੀ ਵੱਡੀ ਪਾਵਰ ਹੁੰਦੀ ਹੈ, MLA ਤੋਂ ਲੋਕ ਡਰਦੇ ਨੇ। ਇਹ ਇੱਥੇ ਮਾਮਲਾ ਉਲਟਾ ਹੋ ਗਿਆ। ਇੱਥੇ ਡਰਾਈਵਰ ਨੇ ਜਿਹੜਾ MLA ਹੈ ਆਪਣਾ, ਕਿਸੇ ਨਾਲ ਜਾਂਦਾ ਹੁੰਦਾ ਸੀ, ਉਹ MLA ਫੈਂਟਤਾ। ਹੁਣ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸੂੰਗਾ, ਕਿਹੜੀ ਗੱਲ ਪਿੱਛੇ ਲੜਾਈ ਹੋਈ, MLA ਸਾਹਿਬ ਆਖਿਰ ਕਿਉਂ ਕੁੱਟਿਆ ਗਿਆ, MLA ਸਾਹਿਬ ਦੇ ਜਿਹੜੇ ਗਨਮੈਨ ਸੀ ਉਹ ਗਨਮੈਨ ਕਿੱਥੇ ਸੀ, MLA ਸਾਹਿਬ ਗਏ ਤਾਂ ਉਹ ਕਾਫਲਾ ਗੱਡੀ ਦਾ ਲੈ ਕੇ ਸੀ, ਪਰ ਹਾਲਾਤ ਇਹੋ ਜਿਹੇ ਬਣ ਗਏ ਕਿ ਫਿਰ MLA ਸਾਹਿਬ ਖੁਦ ਗੱਡੀ ਕਦੋਂ ਨੂੰ ਚਲਾ ਕੇ ਆਉਣੀ ਪਈ ਆਹ MLA ਸਾਹਿਬ ਨੇ। ਤੇ ਹੁਣ ਅੰਦਾਜ਼ਾ ਤੁਸੀਂ, ਮੈਂ ਤੁਹਾਨੂੰ ਦੱਸਦਾ, ਗੱਲ ਹੈਗੀ ਹੈ ਕਿ ਬਠਿੰਡਾ ਤੋਂ ਇੱਕ MLA, ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਬਠਿੰਡਾ ਤੋਂ ਇੱਕ MLA ਹੈ ਜਿਹਦਾ ਡਰਾਈਵਰ ਨੇ ਕੁਟਾਪਾ ਚਾੜਿਆ, ਪ੍ਰਿੰਟ ਮੀਡੀਆ ਤੇ ਆਪਣਾ ਨਿਊਜ਼ ਚੈਨਲਾਂ ਉੱਤੇ ਆਹ ਗੱਲ ਅੱਗ ਵਾਂਗੂ ਫੈਲ ਗਈ। ਹੁਣ ਬਠਿੰਡਾ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਥੋੜਾ ਜਿਹਾ ਧਿਆਨ ਨਾਲ ਸੁਣਿਓ। ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਵਿਧਾਨ ਸਭਾ ਹਲਕੇ ਪੈਂਦੇ ਨੇ। 6 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 2 ਵਿਧਾਨ ਸਭਾ ਹਲਕੇ ਜਿਹੜੇ ਹੈਗੇ ਨੇ ਉਹ ਰਿਜ਼ਰਵ ਨੇ, 4 ਜਿਹੜੇ ਵਿਧਾਨ ਸਭਾ ਹਲਕੇ ਨੇ ਉਹ ਹਲਕੇ ਹੈਗੇ ਨੇ ਜਰਨਲ ਕੋਟੇ ਦੇ ਵਿੱਚ ਆਉਂਦੇ। ਹੁਣ ਬਠਿੰਡੇ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਆਉਂਦਾ ਤਲਵੰਡੀ ਸਾਬੋ, ਜਿਹਦੇ ਤੋਂ ਮੈਡਮ ਪ੍ਰੋਫੈਸਰ ਬਲਜਿੰਦਰ ਕੌਰ MLA ਨੇ, ਤੇ ਇਸ ਤੋਂ ਇਲਾਵਾ ਬਲਕਾਰ ਸਿੱਧੂ ਹੋਰੀ, ਰਾਮਪੁਰਾ ਫੂਲ ਜਰਨਲ ਦੇ ਵਿੱਚ ਆਉਂਦੇ ਨੇ, ਉਹ ਇੱਕ ਹਲਕਾ ਆਉਂਦਾ ਬਠਿੰਡੇ ਦਾ। ਤੇ ਉਸ ਤੋਂ ਬਾਅਦ ਇੱਕ ਹਲਕਾ ਆਉਂਦਾ ਬਠਿੰਡਾ ਅਰਬਨ ਦਾ, ਤੇ ਜੋ ਜਗਰੂਪ ਸਿੰਘ ਗਿੱਲ ਨੇ। ਇੱਕ ਹਲਕਾ ਆਉਂਦਾ ਆਪਣਾ ਮੌੜ ਹਲਕਾ ਜਿਹੜਾ ਆਪਣੇ ਸੁਖਵੀਰ ਸਿੰਘ ਮਾਈਸਰ ਖਾਨਾ ਨੇ ਜੋ ਚਰਚਾ ਦੇ ਵਿੱਚ ਪਹਿਲਾਂ ਵੀ ਰਹੇ ਸੀ, ਉਹਨਾਂ ਦਾ ਹਲਕਾ ਆਉਂਦਾ। ਯਾਨੀ ਕਿ ਬਠਿੰਡੇ ਦੇ ਵਿੱਚ 6 ਵਿਧਾਨ ਸਭਾ ਹਲਕੇ ਨੇ, ਜਿਹੜੇ 4 ਹਲਕੇ ਨੇ ਉਹ ਹਲਕੇ ਦੋਸਤੋ ਜਰਨਲ ਨੇ, ਤੇ 2 ਉੱਥੇ ਰਿਜ਼ਰਵ ਨੇ। ਹੁਣ ਜਿਹੜਾ MLA ਹੈ ਇਹਨਾਂ 4 ਦੇ ਵਿੱਚੋਂ ਹੈ, ਜਿਹੜੀ 4 ਜਰਨਲ ਸੀਟਾਂ ਨੇ ਇਹਨਾਂ ਜਰਨਲ ਸੀਟਾਂ ਦੇ ਵਿੱਚੋਂ ਇੱਕ MLA ਹੈ ਜਿਹਦਾ ਡਰਾਈਵਰ ਨੇ ਕੁਟਾਪਾ ਚਾੜਿਆ। ਮੈਂ ਸ਼ੁਰੂ 'ਚ ਜ਼ਿਕਰ ਕੀਤਾ ਕਿ ਪ੍ਰੋਫੈਸਰ ਬਲਜਿੰਦਰ ਕੌਰ ਜੀ ਵੀ ਉੱਥੋਂ ਆਉਂਦੇ ਨੇ, ਵੱਡੇ ਲੀਡਰ ਨੇ, ਸਤਿਕਾਰਯੋਗ ਨੇ, ਤੇ ਆਪਣਾ ਬਠਿੰਡਾ ਅਰਬਨ ਤੋਂ ਜਗਦੀਪ ਸਿੰਘ ਗਿੱਲ ਆਉਂਦੇ ਨੇ, ਮੌੜ ਤੋਂ ਸੁਖਵੀਰ ਸਿੰਘ ਮਾਈਸਰ ਖਾਨਾ ਆਉਂਦੇ ਨੇ, ਤਮਾਮ ਯਾਨੀ ਕਿ ਵੱਡੇ ਨਾਮ ਨੇ ਆਹ। ਹੁਣ ਬਾਕੀ ਤੁਸੀਂ ਖ਼ਬਰਾਂ ਸਾਰੇ ਆਪ ਦੇਖ ਚੁੱਕੇ ਹੋ, ਮੈਂ ਤਾਂ ਤੁਹਾਨੂੰ ਨਾਮ ਦੱਸਿਆ ਕਿ ਬਠਿੰਡਾ ਤੋਂ ਆਹ ਨਾਮ ਆਉਂਦੇ ਨੇ, ਜਿਵੇਂ ਆਪਣਾ ਅਮਿਤ ਕੋਟ ਜਿਹੜੇ ਆਪਣੇ ਅਮਿਤ ਰਤਨ ਸੀ ਵਿਜੀਲੈਂਸ ਨੇ ਚੱਕੇ, ਉਹ ਵੀ ਤਾਂ ਰੂਰਲ ਤੋਂ ਆਉਂਦੇ ਸੀ, ਉਹ ਸੀਟ ਰਿਜ਼ਰਵ ਸੀਟ ਸੀ ਉਹ। ਹੁਣ ਮੈਂ ਤੁਹਾਨੂੰ ਪੇਪਰ ਦੀ ਖ਼ਬਰ ਪੜ੍ਹ ਕੇ ਸੁਣਾਉਂਦਾ ਕਿ ਪੇਪਰ ਜਿਹੜੀ ਘਟਨਾ ਸਾਰੀ ਆਹ, MLA ਡਰਾਈਵਰ ਨੇ ਕਿਉਂ ਕੁੱਟਿਆ, ਕਿਹਨਾਂ ਕਾਰਨਾਂ ਕਰਕੇ ਕੁੱਟਿਆ, ਉਹ ਤੁਹਾਡਾ ਮੈਂ ਤੁਹਾਨੂੰ ਸਾਰੀ ਮੈਂ ਖ਼ਬਰ ਇੱਕ ਪੜ੍ਹ ਕੇ ਦੱਸਦਾ, ਉਹ ਖ਼ਬਰ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣਿਓ। ਮੈਂ ਤੁਹਾਨੂੰ ਦੱਸਦਾ ਕਿ ਸਾਰੀ ਗੱਲਬਾਤ ਹੋਈ ਕਿਵੇਂ, ਖ਼ਬਰ ਸੁਣਿਓ। ਖ਼ਬਰ ਪੇਪਰ ਕਿਵੇਂ ਲਿਖਦਾ, ਖ਼ਬਰ
रिश्वत मामले च अज गिरफ्तार किए गए बठिंडा देहाती हलके दे आप विधायक के मामले तो बाद बठिंडा दे एक होर विधायक की ड्राइवर वालों कुटमार किए जाने का मामला सामने आया है ते चर्चा का विषय बनिया होया है। यानी कि जेड़े अपने पहला अमित कोटपत्ता साहब से उन्होंने तो बाद बठिंडा दे एक होर एमएलए चर्चा दे विच ने एक होर गल है कहिंदे कि कुटमार की है ड्राइवर ने एमएलए दे नाल एमएलए साहब थाने च इस करके नहीं गए है कि बदनामी हो जाऊगी कानू थाने च आपां ने जाना। दुबारे सुनो खबर आप विधायक की ड्राइवर वालों कुटमार किए जाने का मामला विशा बनिया होया है जबकि पीड़ित विधायक वालों बदनामी के डरों डरों ड्राइवर खिलाफ कोई कानूनी कार्रवाई अमल च नहीं लियांदी। यह विधायक जिले के एक जरनल हल्के संबंधित दसिया जा रहा है यह विधायक जिले के एक जरनल हल्के संबंधित दसिया जा रहा है जिसका कुछ समा पहला ही रेते की माइनिंग लैके एक किसान जथेबंदी रेड़का भी पिया उधर यह मामला उजागर होने तो बाद विरोधी सियासी धिर ने उक्त विधायक समेत आम आदमी पार्टी के तंज कसने शुरू करते तंज तो कसणगे ही व्यंग भी कसणगे गल यही है। जबकि बठिंडा तो लोग सभा मैंबर बीबी हरसिमरत कौर बादल वालों बाकायदा अपनी सोशल मीडिया के पोस्ट साझी करके विधायक का ना तक उजागर कर दिया गया पेपर लिखता बड़ा पेपर है पंजाब का यह कहते कि बठिंडा तो जेडे अपने मैंबर पार्लीमेंट ने हरसिमरत कौर बादल उन्होंने अपनी सोशल मीडिया उत्ते इस एमएलए का नाम भी जिक्र करता खोल के रखता। जानकारी अनुसार बठिंडा जिले के एक आप विधायक दिल्ली तो पार्टी हाईकमान कोई मीटिंग करके जो हरियाणा राही पंजाब आ रहा है तो रोहतक विखे रोटी खाने लिए अपनी गड्डी रोकी इस दौरान विधायक ने ड्राइवर ने रोटी खाने की इच्छा प्रगटाई इसे गल लैके विधायक साहब तैश दे विच आ गए ड्राइवर गुत्थम गुत्था हो गए ड्राइवर ने कुटापा चाड़ता। कहिंदे दिल्ली गए सी एमएलए साहब दिल्ली गए सी पार्टी हाईकमान दे नाल मीटिंग करन जदों वापस आ रहे सी रोहतक कहिंदे रुके के रोटी खा लईए रोटी खाने लई जदों रुके गड्डी चों उतरे अंदर जाके बैठे होने उत्थे कहिंदे कि रोटी खाण नूं लैके ड्राइवर दे नाल कलेश हो गया एमएलए साहब का कहिंदे उत्थे उत्थे ही गुत्थम गुत्थी हो गई लोगों के सामने ते ड्राइवर साहब भी तैश दे विच आ गए कटापा चाड़ता ड्राइवर साहब ने उस तो बाद की होया पेपर की लिखता वह थानू मैं दसदा घटना नूं अंजाम देण तों बाद देखो पेपर भी लिखता घटना नूं अंजाम देण तों बाद यानी कि एमएलए साहब नूं कुटण तों बाद ड्राइवर रोहतक तों बस फड़ के सीधा पहुंचा बठिंडा। देखो घटना नूं अंजाम देण तों बाद ड्राइवर विधायक समेत गड्डी नूं छड्ड के रोहतक तों बस फड़ के पहुंचा सीधा बठिंडा। जदों विधायक ने आप सुरक्षा कर्मियों नूं गड्डी चलाउण लई कहा तां उन्हां गड्डी चलाउण तों हथ खड़े करते विधायक खुद गड्डी चला के आया बेशक अपनी बदनामी के डरों विधायक इस मामले से मिट्टी पाई गई है पर यह उठती हुई गल सियासी हलकां चर्चा बन गई। कहिंदे जदों ड्राइवर साहब उत्थों रोहतक दा बस फड़ के एमएलए नूं छड्ड के गड्डी छड्ड के आप कर्मचारी नूं छड्ड के सीधा आ गए बस फड़ के बठिंडा ते बाद च एमएलए साहब ने अपने जिहड़े उहदे सुरक्षा कर्मचारी जां आप कर्मचारी सी उहनां नूं कहा कि गड्डी चलाओ वह कहिंदे असीं नहीं चलाउंदे उन्होंने भी हथ खड़े करते कि असीं तेरी गड्डी नहीं चलाउंदे कहिंदे कि भाई फिर एमएलए साहब खुद गड्डी चला के पंजाब दे विच पहुंचे इस गल ते मिट्टी पाउण दी कोशिश की गई यह बदनामी होगी कानू आपां ने गल बाहर कढ़नी है पर कहिंदे कि लगी हुई अग दा धुआं आखिर दिसदा तां हैगा ही उठदा होया उपर ते सियासी हलकियां दे विच गल आ गई पर अकाली कांग्रसियां ने कित्थे टिकणा सी जदों उन्हां नूं ऐ पता लगे कि एक आम आदमी पार्टी का विधायक कुटता उहदे ड्राइवर ने। सो वड्डी गल सी दोस्तो आह सारी सांझी कीती तुसीं कहोगे नाम क्यों नहीं दस्या देखो हर हिंट मैं दिते ने इस प्रोग्राम दे विच तुसीं आप उत्थों कढ सकदे हो थोड़ी बहुती रिसर्च करिया करो ते जिहड़े साडे सूझवान सज्जण ने सारे वैसे सारे दोस्त ही सूझवान ने इह समझ गए होणे क्योंकि साडे राजनीति दे विच पंजाबियों दी वाहवा दिलचस्पी है अपने कमेंट करके दस्यो कि थोनू थोड़े की विचार ने इस मामले के उत्ते कि एमएलए साहब ही कुटता ड्राइवर साहब ने। सो धन्यवाद।